असि इंडिया चो आए जी पिछले बछिंद नहीं है इतने पिछले पिछले साइडरी जिला से गुरदासपुर अच्छा ए, पता कुछ तहसील का नहीं पता जी अच्छा बजुर्ग तो अपने आप सुन तो हो जो उन्नीस सौ संताली वही है पाकिस्तान की उदो किस तरह हालात न उठ के आए कि मुश्किल पेश आई ਮੇਰੇ ਦਾਦਾ ਜੀ ਅੱਲਾਹ ਦਾ ਸ਼ੁਕਰ ਸੀ ਉੱਥੇ ਵੀ ਨੰਬਰਦਾਰ ਸੀ ਜਦੋਂ ਪਾਕਿਸਤਾਨ ਅਸੀਂ ਆਏ ਸ਼ੇਖਪੁਰੇ ਸਾਡਾ ਇਲਾਕਾ ਵਾ ਪਿਛਲਾ ਅੱਛਾ ਸ਼ੇਖਪੁਰੇ ਦੇ ਨਾਲ ਅੱਗੇ ਹਾਫਜ਼ਾਬਾਦ ਰੋਡ ਤੇ ਕੀਲੇ ਸਟਾਪ ਆ ਅਜਨੇ ਵਾਲਾ ਸਾਡੀ ਤਹਿਸੀਲ ਆ ਅੱਛਾ ਉਹਦੇ ਨਾਲ ਸਾਡਾ ਪਿੰਡ ਆ ਉੱਥੇ ਦੇ ਸਾਡੇ ਆਖ ਵਿੱਚ ਇੱਥੇ ਜ਼ਮੀਨ ਵਗੈਰਾ ਫਾਨੂੰ ਪਈ ਸਾਡੀ ਦਾਦੇ ਨੂੰ ਤੇ ਫਿਰ ਇੱਥੇ ਅਸੀਂ ਰਹੇ ਅੱਛਾ ਤੇ ਉੱਥੋਂ ਸਾਡੇ ਕੋਲ ਕਤਲ ਹੋ ਗਏ ਫੇ ਅਸੀਂ ਮੁੜ ਕੇ ਟੋਬੇ ਆ ਗਏ ਟੋਬੇ ਅਸੀਂ ਰਹਿਸ਼ੀ ਹੁਣ ਅੱਛਾ ਟੋਬੇ ਕਿੱਥੇ ਰਹਿੰਦੇ ਸੀ ਟੋਬੇ ਮੱਲਾ ਗਊਸ਼ਾਲਾ ਨਜ਼ਦ ਕਬਰਸਤਾਨ ਪੁਰਾਣਾ ਬਹੁਤ ਕਬਰਸਤਾਨ ਵੱਡਾ ਅੱਛਾ ਉੱਥੇ ਸਾਡੀ ਰਿਹائش ਹੈ ਹੁਣ ਜਦੋਂ ਅਸੀਂ ਇੰਡੀਆ ਚ ਆਏ ਆ ਉਦੋਂ ਵੀ ਸਾਡੇ ਵੱਡੇ ਦੱਸਦੇ ਸੀ ਵੀ ਬਹੁਤ ਮੁਸ਼ਕਿਲਾਂ ਦੇਖੀਆਂ ਸਾਡੇ ਕਈ ਕਾਰਨਾਂ ਦੇ ਘਰ ਹਲੁਜੜੇ ਅੱਛਾ ਤੇ ਮੇਰੇ ਉਦੋਂ ਦਾਦੇ ਦੀ ਸ਼ਾਦੀ ਹੋਈ ਸੀ ਦੋ ਬੱਚੇ ਉੱਥੇ ਦੇ ਸੀ ਅੱਛਾ ਬਾਕੀ ਤਿੰਨ ਬੱਚੇ ਇੱਥੇ ਹੋਇਆ ਪਾਕਿਸਤਾਨ ਆ ਕੇ ਫੇ ਠੀਕ ਹੈ ਅੱਬੂ ਹੁਣੀ ਮੇਰੇ ਚਾਰ ਪੰਜ ਭਾਈ ਸੀ ਇੱਕ ਭੈਣ ਸੀ ਤੇ ਹੁਣ ਤੁਸੀਂ ਮਤਲਬ ਕਿੱਥੇ ਰਹਿੰਦੇ ਕੀ ਤਰ੍ਹਾਂ ਮਤਲਬ ਪੇਸ਼ਾ ਕੀ ਕਰਦੇ ਹੋ ਹੁਣ ਮੈਂ ਅਲhamdulillah ਇੱਥੇ 46 ਗਾਫ ਬੇਸਖੀਰੇ ਇਮਾਮਤ ਕਰ ਰਿਹਾ ਹਾਂ ਅਰਸਾ 6 ਸਾਲ ਤੋਂ ਅੱਛਾ ਕਿਹੜੀ ਮਸਜਿਦ ਕੀ ਨਾਮ ਹੈ ਮਸਜਿਦ ਦਾ ਨਾਮ ਹੈਗਾ ਜੀ ਗੋਸ਼ੀਆ ਰਜ਼ਵੀਆ ਖਾਲ ਵਾਲੀ ਮਸਜਿਦ ਅੱਛਾ ਉੱਥੇ ਤੁਸੀਂ ਇਮਾਮਤ ਹਾਂਜੀ ਅੱਛਾ ਤੇ ਆਪਣੀ ਵਾਰੀ ਕਿਹੜੀ ਹੈ ਜੱਟ ਸੰਧੂ ਅੱਛਾ ਹੋਰ ਕੀ ਦੱਸੋ ਵਾਕਿਆ ਆਪਣੇ ਜ਼ਿੰਦਗੀ ਦਾ ਕੋਈ जिंदगी जी अल्लाह का शुक्र है हूँ तो अल्लाह का बड़ा करोड़ एहसान आ बहुत गरीबी देखी है और इंतहा तो ज़्यादा भुखे भी भी रोटी नहीं पकती वक्त ऐसा सी लेकिन हूँ अल्लाह का करोड़ शुक्र है कि सारे खुशहाल अपनी जगह पर अलहदुल्ला फिर गरीबी के बावजूद अल्लाह ने तलीम का मौका भी दिता एफ एस सी भी की दर से नामी पढ़ी मुड़ के कराची जा हाँ जी अल्हम्दुलिल्लाह शुक्र अल्लाई सब तो पहला मैं सन दो हजार च पढ़ के वापस आया कराची हूं। अच्छा। अपने मामद की टोभे दो हजार तो तो अठ अच्छा। चे एक मसला बन गया मेरे भाई ते कतल का परचा हो गया परचे तो तकरीबन अठ महीने बाद जान गई थी बरी हो गया अच्छा। भाई फिर मुड़ के मैं नाल ही पेंड है इतने दो सौ बहत्तर रेबे गोजराट रोड से पिंड है 272 ਰੇ ਬੇਕਾਨਾ ਨਾਗ ਗਿੱਲਾ ਨਾ ਪਿੰਡ ਆ ਉੱਥੇ ਤਕਰੀਬਨ ਮੈਂ 9.5 ਸਾਲ ਰਿਹਾ ਵਾਂ ਇਹ ਹੁਣ ਉੱਥੋਂ ਤਕਰੀਬਨ 2017 ਚੋਂ ਮੈਂ ਛੱਡ ਕੇ ਐ ਸਖੀ ਰਿਹਾ ਆ ਅੱਛਾ ਮੈਂ ਆਪਣੀ ਜ਼ਿੰਦਗੀ 'ਚ 26 ਸਾਲਾਂ 'ਚ ਮੇਰੀ ਇਹ ਤੀਸਰੀ ਮਸਜਿਦ ਆ ਜਿੱਥੇ ਮੈਂ ਇਮਾਮਤ ਕਰ ਰਿਹਾ ਵਾਂ ਕਿਦਾਂ ਦਾ ਸਾਮਾਨ ਦਾ ਲੋਗਾ ਦਾ ਬੜਾ ਇਹਸਾਨ ਆ ਬਹੁਤ ਅੱਲਾ ਦਾ ਫਜ਼ਲ ਆ ਲੋਕ ਅੱਛੇ ਤਰੀਕੇ ਨਾਲ ਦੇਖਦੇ ਅੱਛੇ ਨਿਗਾਹਾਂ ਮਿਲਦੇ ਨੇ ਔਰ ਖਿਦਮਤ ਗੁਜ਼ਾਰ ਲੋਕ ਨੇ ਕੋਈ ਐਸਾ ਮਸਲਾ ਨਹੀਂ ਮੈਨੂੰ ਇੱਥੇ ਵੀ ਜ਼ਿੰਦਗੀ ਦਾ ਸ਼ੁਕਰ ਆ ਉਸ ਜਾਣੇ ਕਹਿੰਦੇ ਨਾ ਪੰਜਾਬੀ ਜੀ ਵੀ ਜੇ ਬੰਦਾ ਆਪ ਚੰਗਾ ਜਗ ਚੰਗਾ ਹਾਂ ਦਰਪਨ ਜੀ ਜੇ ਆਪ ਚੰਗਾ ਜੇ ਜਾਗੀ ਵਸਾਂ ਚੰਗਾ ਹੀ ਨਹੀਂ ਹੈਗਾ ਫਿਰ ਬਿਲਕੁਲ ਮਨ ਆਇਨੇ 'ਚ ਬੰਦੇ ਨੇ ਆਪਣੀ ਸ਼ਕਲ ਦੇਖਣੀ ਕਿਸੇ ਦੇਖਣ ਲੋੜ ਨਹੀਂ ਪੈਂਦੀ ਉਹਨੂੰ ਜਿੱਦਾਂ ਉਹ ਆਪ ਹੋਏਗਾ ਉਦਾਂ ਲਈ ਉਹਨਾਂ ਰਹਿਓਗੇ ਬਾਕੀ ਤਾਂ ਨਹੀਂ ਹੱਜ ਚੰਗੀ ਹੈ ਯਾਰ ਇਹ ਮਿਸਾਲ ਸਿਆਣੇ ਬੰਦੇ ਦਿੰਦੇ ਨੇ ਅਜਾੜਾ ਅਚਾ ਕੰਮਰ 46 ਦਾ ਬਸਕੀਰੇ ਆ ਹਾਂਜੀ ਕਿਹਦੇ 400 ਕਿਹੜੇ ਕਿਹੜੇ ਪੈਣ ਨੇ ਇਹਦੇ ਨਾਲ ਇੱਕ ਤਾਂ ਇੱਧਰ ਪਹਿਲਾਂ ਹੈਗਾ 45 ਇੱਧਰ ਖਤਰਾਂ ਵਾਂ ਸੈਨਸਰਾ ਇਜੇ ਨਾਲ ਇਧਰ ਪਾਸੇ ਫੇ 75 ਆ ਕਕੜਾ ਵਾ ਇਧਰ ਸੇ ਚੇ ਪਿਛੇ ਕਣੀਆਂ ਜੱਲੇ ਆਲਾ ਇਹ ਨਜ਼ਦੀਕ تین ਸਾਰੇ ਪਿੰਡੇ ਦੇ ਇਹ ਨੇ ਅੱਛਾ ਤੁਸੀਂ ਆਪਣੀ ਇਮਾਮ ਦੇ ਦੌਰਾਨ ਦੱਸੋ ਕਿ ਐਸਾ ਵਾਕਿਆ ਪੇਸ਼ ਆਇਆ ਹੋ ਜਿਹੜਾ ਤੁਹਾਨੂੰ ਇਦਾਂ ਯਾਦ ਆਵਾ ਇਮਾਮਤ ਦੌਰਾਨ ਜਿਹੜਾ ਕਰਾਚੀ ਸੀ ਸਾਡੇ ਉੱਥੇ ਉਹਦੀ ਇੱਕ ਵਾਰੀ ਮਸਜਿਦ ਤੇ ਹਮਲਾ ਹੋ ਗਿਆ ਸੀਗਾ ਤਕਰੀਬਨ ਉਹਦੇ ਵਿੱਚ ਵੀ ਤਕਰੀਬਨ ਸਾਡੇ ਜਿਹੜੇ ਸੀ ਨਾ ਨਮਾਜ਼ੀ ਉਹ ਫਿਰ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਕਾਬਲ ਕੀਤਾ ਬਲਕਿ ਪੁਲਿਸ ਤੱਕ ਵੀ ਉਹਨਾਂ ਨੇ ਪੁਲਿਸ ਨੂੰ ਵਿਟਾ ਲਿਆ ਉੱਥੇ ਮਸਜਿਦ ਤੇ ਜਿਹੜੀ ਪੁਲਿਸ ਪਈ ਨਾ ਕਬਜ਼ਾ ਕਰਨ ਵਾਲੇ ਬੰਦੇ ਆਏ ਸੀ ਮਸਜਿਦ ਤੇ ਉਹ ਸਪਾਈ ਸਾਹਿਬਾ ਦੇ ਬੰਦੇ ਸੀ ਕਬਜ਼ਾ ਕਰਨ ਵਾਸਤੇ ਆਏ ਲੇਕਿਨ ਅਲਹਮਦੁਲਿਲਾ ਫਿਰ ਬੰਦੇ ਨਮਾਜ਼ੀ ਉਹਨਾਂ ਨੂੰ ਪੈ ਗਏ ਫਿਰ ਉਹ ਨਸ ਗਏ ਤੇ ਪੁਲਿਸ ਵੀ ਨਸ ਗਈ ਫਿਰ ਨਮਾਜ਼ੀਆਂ ਕੋਲੇ ਇਹ ਬੜਾ ਜ਼ਿੰਦਗੀ ਇੱਕ ਮਸਲਾ ਸੀ ਉੱਥੇ ਕਰਾਚੀ 'ਚ